ਅੱਜ ਗੁਰੂ ਜੀ ਮੈਂ ਮੂਰਖ ਕੀ ਕੇ ਤੂੰ ਬਾਤ ਹੈ ਹੋਠ ਪਰਾਧੀ ਤਰਿਆ ਰਹੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰੂ ਬਾਸ ਨਪਰਿਆ ਰੇ ਸੋ ਕਹਾ ਕੰਨ ਗੁਰ ਸੇਵਿਆ ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਵਾਹਿਗੁਰੂ ਜੀਓ ਤਨ ਤਨ ਗੁਰੂ ਗਰੀਬ ਨਿਵਾਸ ਵਾਹਿਗੁਰੂ ਜੀ ਜੈ ਸ੍ਰੀ ਮਹਿਲਾ ਪੰਜਵਾਂ ਹੋਈ ਜਨ ਹਰਿ ਸਿਉਂਦੇ ਵੈ ਜੋ ਚਰਨ ਗਉ ਪਕੋ ਸ਼ੁਭ ਰਸਨਾ ਦੀ ਜੈ ਪ੍ਰਾਣੀ ਕੋਰ ਰਹੋ ਕੋਈ ਜਨ ਹਰਿ ਸਿਉਂਦੇ ਵੈ ਜੋ ਚਰਨ ਗਉ ਪਕੋ ਸ਼ੁਭ ਰਸਨਾ ਦੀ ਜੈ ਪ੍ਰਾਣੀ ਕੋਰ ਰਹੋ ਮਨ ਤਨ ਨਿਰਮਲ ਕਰ ਸਕਿਆ ਹਰ ਸਿੰਚੈ ਸੁਦਾ ਸੰਜੋ ਯਾਰ ਸਮੈ ਮਗਨ ਹੋ ਕਿਰਪਾ ਤੇ ਮਾਂ ਵਿਖਿਆ ਤੇ ਕੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਮੋ ਤੁਮਰੀ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਬਹੁ ਤੁਮਰੀ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰੀ ਉਠਾ ਸਿੰਘ ਜੀ ਸਾਹਿਬ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪੁੱਤਰ ਬਚਨ ਆਪ ਜੀ ਨੇ ਹੁਕਮਨਾਮਾ ਸਰਬ ਕੀਤਾ ਹੈ ਜੈ ਸ੍ਰੀ ਰਾਗ ਸਤਿਗੁਰੂ ਗੁਰਦਰ ਸਾਹਿਬ ਜੀ ਦਾ ਪੁੱਤਰ ਬਚਨ ਹੈ ਕੋਈ ਜਨ ਹਰਸੋਂ ਦੇਵੈ ਜੋ ਤੇ ਅਕੀਲੀ ਪੰਕਤੀ ਪਵਿੱਤਰ ਸ਼ਬਦ ਦੀ ਹੈ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵਾ ਤੁਮਰੀ ਇਹ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ ਗਰੀਬ ਨਿਵਾਜ ਪਾਤਸ਼ਾਹ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮੈਂ ਤੁਹਾਡੇ ਵੱਲ ਹੀ ਚਿਤਵਦਾ ਹਾਂ ਤੁਹਾਨੂੰ ਹੀ ਚੇਤੇ ਕਰਦਾ ਤੁਹਾਨੂੰ ਹੀ ਯਾਦ ਕਰਦਾ ਤੇ ਉਹਦੇ ਵਿੱਚੋਂ ਮੰਗ ਕੀ ਹੈ ਇਸ ਪੰਕਤੀ ਦੇ ਅਗਲੇ ਹਿੱਸੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਅਵੈ ਪਦ ਮੈਨੂੰ ਐਸਾ ਰੁਤਬਾ ਪ੍ਰਾਪਤ ਹੋਵੇ ਐਸਾ ਟਿਕਾਣਾ ਪ੍ਰਾਪਤ ਹੋਵੇ ਅਭੈ ਜਿੱਥੇ ਪਹਿਲਾਂ ਹੋਵੇ ਜਿੱਥੇ ਕੋਈ ਕਰਨ ਲੱਗਦਾ ਅਭੈ ਅਭੈ ਪਦ ਪਦ ਕਹਿੰਦੇ ਨੇ ਅਹੁਦੇ ਮੈਨੂੰ ਉਹ ਅਹੁਦਾ ਪ੍ਰਾਪਤ ਹੋਵੇ ਉਹ ਅਸਥਾਨ ਪ੍ਰਾਪਤ ਹੋਵੇ ਉਹ ਜਗ੍ਹਾ ਮਿਲੇ ਜਿੱਥੇ ਮੈਨੂੰ ਡਰ ਨਾ ਹੋਵੇ ਮੇਰਾ ਡਰ ਚੁੱਕ ਜਾਵੇ ਡਰ ਖਤਮ ਹੋ ਜਾਵੇ ਫਿਰ ਦੂਸਰੀ ਚੀਜ਼ ਮੰਗੀ ਕਹਿੰਦੇ ਸਿਮਰਨ ਸੁਆਮੀ ਅਭੈ ਤਾਂ ਹੀ ਹੋ ਸਕੇਗਾ ਮਨੁੱਖ ਇਸ ਪਦਵੀ ਤੱਕ ਤਾਂ ਹੀ ਪਹੁੰਚ ਸਕੇਗਾ ਜੇ ਸਿਮਰਨ ਸੁਆਮੀ ਦਾ ਸਿਮਰਨ ਉਸਨੂੰ ਪ੍ਰਾਪਤ ਹੋਵੇ ਮੈਨੂੰ ਸੁਆਮੀ ਦਾ ਸਿਮਰਨ ਪ੍ਰਾਪਤ ਹੋਵੇ ਸਿਮਰਨ ਪ੍ਰਾਪਤ ਹੋਵੇ ਪਰ ਮੈਨੂੰ ਮਾਲਕ ਦਾ ਸਿਮਰਨ ਪ੍ਰਾਪਤ ਹੋਵੇ ਜਿਸ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਅੰਦਰ ਤੁਸੀਂ ਸੁਖਮਨੀ ਸਾਹਿਬ ਜੀ ਪੜ੍ਹਦੇ ਹੋ ਪ੍ਰਭ ਕੇ ਸਿਮਰਨ ਗਰਭ ਨਾ ਵਸੈ ਪ੍ਰਭ ਕੇ ਸਿਮਰਨ ਦੂਖ ਜਮ ਦੱਸੈ ਪ੍ਰਭ ਕੇ ਸਿਮਰਨ ਕਾਲ ਪਰਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਤਰੈ ਪ੍ਰਭ ਕੇ ਸਿਮਰਨ ਵਿਗਨ ਨਾਲ ਪ੍ਰਭੂ ਦੇ ਸਿਮਰਨ ਦੀਆਂ ਬਰਕਤਾਂ
ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸਤਰੀ ਅੰਦਰ ਤੁਹਾਨੂੰ ਮਿਲ ਜਾਂਦੀਆਂ ਨੇ। ਇਸ ਕਰਕੇ ਸਿਮਰਨ ਇਹ ਕੇਵਲ ਇਹ ਸਿਮਰਨ ਨਹੀਂ, ਸਿਮਰਨ ਹੋਰ ਵੀ ਨੇ, ਕੇਵਲ ਇਹ ਸਿਮਰਨ ਨਹੀਂ, ਬਾਕੀ ਦੇ ਸਿਮਰਨ ਵੀ ਨੇ। ਬਾਕੀ ਦੇ ਸਿਮਰਨ ਜਿਹੜੇ ਨੇ ਉਹ ਸਾਰੇ ਨੀਵੇਂ ਸਿਮਰਨ ਨੇ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਬਚਨ ਆ ਕੇ ਨੇ ਕਹਿੰਦੇ ਨੇ ਪ੍ਰਭ ਦਾ ਸਿਮਰਨ ਸਭ ਦੇ ਉੱਚਾ। ਇਹਦਾ ਮਤਲਬ ਬਾਕੀ ਸਿਮਰਨ ਵੀ ਕੋਈ ਆਉਣਗੇ, ਜੇ ਪ੍ਰਭੂ ਦੇ ਸਿਮਰਨ ਨੂੰ ਉੱਚਾ ਆਖਿਆ ਤਾਂ ਇਹਦਾ ਮਤਲਬ ਨੀਵੇਂ ਸਿਮਰਨ ਵੀ ਕੋਈ ਜਾਣੇ। ਨੀਵੇਂ ਸਿਮਰਨ ਕੀ ਨੇ? ਜਿਹੜੇ ਅਸੀਂ ਸਿਮਰਦੇ ਹਾਂ, ਅਸੀਂ ਹਮੇਸ਼ਾ ਆਪਣੀ ਯਾਦ ਨੂੰ ਕਿਸੇ ਨਾ ਕਿਸੇ ਯਾਦ ਵਿੱਚ ਰਹਿੰਦੇ ਹਾਂ ਨਾ। ਸਿਮਰਨ ਕੀ ਹੁੰਦਾ? ਯਾਦ ਕਿਸੇ ਯਾਦ ਵਿੱਚ ਰਹਿਣਾ। ਸਾਨੂੰ ਕਦੇ ਕਿਸੇ ਦੀ ਯਾਦ ਆਉਂਦੀ ਹੈ, ਕਦੇ ਕਿਸੇ ਦੀ ਯਾਦ ਆਉਂਦੀ ਹੈ, ਕਦੇ ਆਪਣੀ ਯਾਦ ਆਉਂਦੀ ਹੈ, ਕਦੇ ਕੰਮ ਦੀ ਯਾਦ ਆਉਂਦੀ ਹੈ, ਕਦੇ ਹੋਰ ਕਿਸੇ ਪਾਸੇ। ਸਾਡੀਆਂ ਯਾਦਾਂ ਇਹ ਸੰਸਾਰ ਵਿੱਚ ਦੌੜੀਆਂ ਕਰਦੀਆਂ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਸਿਮਰਨ ਕਰਦੇ ਹਾਂ। ਇਸ ਕਰਕੇ ਗਰੀਬਨ ਬਾਜ ਪਾਤਸ਼ਾਹ ਜੀ ਫਰਮਾਨ ਕਰਦੇ, ਕਹਿੰਦੇ ਮੈਂ ਦੂਸਰੀ ਚੀਜ਼ ਕੀ ਚਾਹੀਦੀ ਹੈ? ਮੈਨੂੰ ਚਾਹੀਦੀ ਹੈ ਸਿਮਰਨ ਸਵਾਮੀ। ਅਤੇ ਤੀਸਰੀ ਚੀਜ਼ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ, ਸੰਗਤ ਸਿਮਰਨ ਸਵਾਮੀ ਦਾ ਪ੍ਰਾਪਤ ਹੋ ਜਾਏਗਾ ਅਤੇ ਮਨੁੱਖ ਬੰਧਨ ਤੋਂ ਮੁਕਤ ਹੋ ਜਾਏਗਾ। ਫਿਰ ਕਿਸੇ ਪ੍ਰਕਾਰ ਦੇ ਬੰਧਨ ਵਿੱਚ ਮਨੁੱਖ ਨਹੀਂ ਬਣਿਆ ਜਾ ਸਕਦਾ। ਉਹ ਮੁਕਤ ਹੋ ਕੇ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਜਾਂਦਾ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਤੀਸਰੀ ਗੱਲ ਇਸੇ ਪਵਿੱਤਰ ਸ਼ਬਦ ਦੀ ਭਗਤੀ ਅੰਦਰ ਆ ਦਿੱਤੀ। ਕਹਿੰਦੇ ਨੇ ਅਭੈ ਪਦ ਦਾਨ ਸਿਮਰਨ, ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ। ਇਹ ਵਾਹਿਗੁਰੂ ਜੀ ਮੈਨੂੰ ਬੰਧਨਾਂ ਤੋਂ ਛੁਟਕਾਰਾ ਮਿਲੇ, ਮੈਨੂੰ ਇਹ ਦਾਨ ਪ੍ਰਾਪਤ ਹੋਵੇ ਜਿਸ ਨਾਲ ਸਿਮਰਨ ਕਰ ਸਕਾਂ, ਅਤੇ ਮੈਨੂੰ ਉਹ ਦਾਨ ਪ੍ਰਾਪਤ ਹੋਵੇ ਜਿਹਦੇ ਨਾਲ ਮੈਨੂੰ ਉਹ ਪਦ ਪ੍ਰਾਪਤ ਹੋਏ, ਉਹ ਅਹੁਦਾ ਪ੍ਰਾਪਤ ਹੋਵੇ, ਉਸ ਰੁਤਬਾ ਪ੍ਰਾਪਤ ਹੋਏ, ਉਹ ਸਥਾਨ ਪ੍ਰਾਪਤ ਹੋਏ ਜਿੱਥੇ ਮੈਂ ਸਭ ਪ੍ਰਕਾਰ ਦੇ ਕੰਮ ਤੋਂ ਆਪਣੇ ਜੀਵਨ ਨੂੰ ਮੁਕਤ ਕਰ ਸਕਾਂ। ਗੁਰੂ ਦੇ ਪਦ ਦਾ ਕਿਰੇ ਦਾ ਕੰਮ ਪ੍ਰਾਪਤ ਕਰਕੇ ਜੀਵਨ ਸਫਲਤਾ ਪ੍ਰਾਪਤ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।